3 2 1 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਇਸ ਵੀਡੀਓ ਵਿੱਚ ਪੰਜਾਬ ਜੀਓਗ੍ਰਾਫੀ ਦੇ ਮੋਸਟ ਇੰਪੋਰਟੈਂਟ MCQ's ਨੂੰ ਡਿਸਕਸ ਕਰਾਂਗੇ ਜੋ ਕਿ ਪੰਜਾਬ ਕੰਪੀਟੀਟਿਵ ਇਗਜ਼ਾਮ ਲਈ ਬਹੁਤ ਹੀ ਇੰਪੋਰਟੈਂਟ ਨੇ ਫਸਟ ਹੈ ði ਟੋਟਲ ਏਰੀਆ ਆਫ ਪੰਜਾਬ ਇਜ਼ ਕੀ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ ਇਸ ਦਾ ਰਾਈਟ ਆਨਸਰ ਹੈ A 50362 ਕਿਲੋਮੀਟਰ ਨੈਕਸਟ ਹੈ ਦੀ ਟੋਟਲ ਨੰਬਰ ਆਫ ਰਿਵਰਸ ਇਨ ਦੀ ਪ੍ਰੈਜ਼ెంట్ ਪੰਜਾਬ ਵਿੱਚ ਮੌਜੂਦਾ ਪੰਜਾਬ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਕਿੰਨੀ ਹੈ ਇਸ ਦਾ ਰਾਈਟ ਆਨਸਰ ਹੈ B 3 ਮੌਜੂਦਾ ਪੰਜਾਬ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਹੈ 3 ਸਤਲੁਜ ਬਿਆਸ ਰਾਵੀ ਅਗਲਾ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਰਿਵਰਸ ਡਸ ਨਾਟ ਫਲੋ ਥਰੂ ਦੀ ਪ੍ਰੈਜ਼ੈਂਟ ਪੰਜਾਬ ਅਜੋਕੇ ਪੰਜਾਬ ਵਿੱਚ ਕਿਹੜੇ ਦਰਿਆ ਨਹੀਂ ਵਗਦੇ ਹਨ ਇਸ ਦਾ ਰਾਈਟ ਆਨਸਰ ਹੈ A the jhelum ਨੈਕਸਟ ਹੈ ਵਿਚ ਆਫ ਦੀ ਫੋਲੋਇੰਗ ਸਟੇਟਸ ਇਜ਼ ਲੋਕੇਟਿਡ ਇਨ ਦੀ ਸਾਊਥ ਆਫ ਪੰਜਾਬ ਪੰਜਾਬ ਦੇ ਦੱਖਣ ਵਿੱਚ ਹੇਠ ਲਿਖੇ ਰਾਜਾਂ ਵਿੱਚੋਂ ਕਿਹੜਾ ਰਾਜ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ C ਹਰਿਆਣਾ ਨੈਕਸਟ ਹੈ ਵਾਟ ਇਜ਼ ਨੋਨ ਐਜ਼ ਟ੍ਰੈਂਗਲਸ ਰੀਜਨ ਇਨ ਬਿਟਵੀਨ ਦੀ ਰਿਵਰ ਸਤਲੁਜ ਐਂਡ ਬਿਆਸ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰ ਸਥਿਤ ਤਿਕੋਣੀ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਸੀ ਦੁਆਬਾ ਨੈਕਸਟ ਹੈ ਵਿਚ ਆਫ ਦੀ ਫੋਲੋਇੰਗ ਡਿਸਟ੍ਰਿਕਟਸ ਡਸ ਨਾਟ ਕਮ ਅੰਡਰ ਦੀ ਦੁਆਬਾ ਰੀਜਨ ਕੀ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬਾ ਖੇਤਰ ਦੇ ਅਧੀਨ ਨਹੀਂ ਆਉਂਦਾ ਇਸ ਦਾ ਰਾਈਟ ਆਨਸਰ ਹੈ ਏ ਲੁਧਿਆਣਾ ਨੈਕਸਟ ਹੈ ਵਿਚ ਆਫ ਦੀ ਫੋਲੋਇੰਗ ਪੇਅਰ ਆਫ ਦੀ ਰਿਵਰਸ ਡਸ ਦੀ ਦੁਆਬਾ ਰੀਜਨ ਇਨ ਪੰਜਾਬ ਫਾਲ ਇਨ ਬਿਟਵੀਨ ਪੰਜਾਬ ਪੰਜਾਬ ਦਾ ਦੁਆਬਾ ਖੇਤਰ ਹੇਠ ਲਿਖੀਆਂ ਨਦੀਆਂ ਦੇ ਕਿਹੜੇ ਜੋੜੇ ਵਿਚਕਾਰ ਪੈਂਦਾ ਹੈ ਇਸ ਦਾ ਰਾਈਟ ਆਨਸਰ ਹੈ ਬੀ ਬਿਆਸ ਸਤਲੁਜ ਨੈਕਸਟ ਹੈ ਵਿਚ ਬੈਲਟ অর ਰੀਜਨ ਆਫ ਪੰਜਾਬ ਡਸ ਕਮ ਅੰਡਰ ਦੀ ਰਾਵੀ ਐਂਡ ਦੀ ਬਿਆਸ ਰਿਵਰਸ ਪੰਜਾਬ ਦੀ ਕਿਹੜੀ ਪੱਟੀ ਜਾਂ ਖੇਤਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਅਧੀਨ ਆਉਂਦਾ ਹੈ ਇਸ ਦਾ ਰਾਈਟ ਆਨਸਰ ਹੈ ਏ ਮਾਝਾ Which town in Punjab is famous for the textile industry? Punjab da kehda kasba kapda udyog layi mashhoor hai? Is da right answer hai B Amritsar. Next hai which of the following rivers has the Upper Bari Doab Canal or tributary been diverted from? Upper Bari Doab nehar jahan sahayak nadi nu het likhiyan nadiyan vichon kis ton modya gaya hai? Is da right answer hai B Ravi. ਨੈਕਸਟ ਹੈ ਵਿਚ ਇਜ਼ ਦੀ ਨੇਮ ਆਫ ਦੀ ਸੋਇਲ ਫਾਊਂਡ ਇਨ ਦੀ ਮਿਡ ਪਲੇਨਸ ਇਨ ਪੰਜਾਬ ਪੰਜਾਬ ਦੇ ਮੱਧ ਮੈਦਾਨੀ ਇਲਾਕਿਆਂ ਵਿੱਚ ਪਾਈ ਜਾਣ ਵਾਲੀ ਮਿੱਟੀ ਦਾ ਨਾਮ ਕੀ ਹੈ ਇਸ ਦਾ ਰਾਈਟ ਆਨਸਰ ਹੈ ਬੀ ਐਲੂਵੀਅਲ ਸੋਇਲ ਨੈਕਸਟ ਹੈ ਵਿਚ ਕ੍ਰੋਪ ਇਜ਼ ਕલ્ਟੀਵੇਟਿਡ ਆਲਮੋਸਟ ਇਨ ਏਵਰੀ ਡਿਸਟ੍ਰਿਕਟ ਲਗਭਗ ਹਰ ਜ਼ਿਲ੍ਹੇ ਵਿੱਚ ਕਿਹੜੀ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਡੀ ਵੀਟ ਨੈਕਸਟ ਹੈ ਵਿਚ ਆਫ ਦੀ ਫੋਲੋਇੰਗ ਡਿਸਟ੍ਰਿਕਟਸ ਇਜ਼ ਕਾਟਨ ਗਰੋਨ ਇਨ ਦੀ ਮੈਕਸਿਮਮ ਕੁਆਂਟੀਟੀ ਹੇਠਾਂ ਲਿਖਿਆਂ ਜ਼ਿਲ੍ਹਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਕਪਾਹ ਸਭ ਤੋਂ ਵੱਧ ਮਾਤਰਾ ਵਿੱਚ ਉਗਾਈ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਸੀ ਫਿਰੋਜ਼ਪੁਰ ਨੈਕਸਟ ਹੈ ਵਿਚ ਰਿਵਰ ਬੈਂਕ ਇਜ਼ ਹਰੀਦਵਾਰ ਸਿਚੁਏਟਿਡ ਐਟ ਹਰੀਦਵਾਰ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ ਡੀ ਗੰਗਾ ਰਿਵਰ ਨੈਕਸਟ ਹੈ ਹਾਊ ਮੈਨੀ ਟੋਟਲ ਡਿਸਟ੍ਰਿਕਟਸ ਆਰ देयर ਇਨ ਪੰਜਾਬ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਇਸ ਦਾ ਰਾਈਟ ਆਨਸਰ ਹੈ ਬੀ 23 ਜ਼ਿਲ੍ਹੇ ਪੰਜਾਬ ਵਿੱਚ ਕੁਲ 23 ਜ਼ਿਲ੍ਹੇ ਹਨ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੈ 2021 ਵਿੱਚ ਸੰਗਰੂਰ ਤੋਂ ਅਲੱਗ ਕਰਕੇ ਮਲੇਰਕੋਟਲਾ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਨੈਕਸਟ ਹੈ ਵਿਚ ਰਿਵਰ ਇਜ਼ ਦੀ ਲੋਂਗੇਸਟ ਅਮੰਗ ਦੀ ਫਾਈਵ ਰਿਵਰਸ ਆਫ ਪੰਜਾਬ ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਕਿਹੜਾ ਦਰਿਆ ਸਭ ਤੋਂ ਲੰਮਾ ਹੈ ਇਸ ਦਾ ਰਾਈਟ ਆਨਸਰ ਹੈ ਡੀ ਸਤਲੁਜ ਨੈਕਸਟ ਹੈ ਟੋਟਲ ਪੋਪੂਲੇਸ਼ਨ ਪੰਜਾਬ ਇਨ ਦੀ ইয়ার 2011 ਇਸ ਸਾਲ 2011 ਵਿੱਚ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ? ਇਸ ਦਾ ਰਾਈਟ ਆਨਸਰ ਹੈ A 2 ਕਰੋੜ 77 ਲੱਖ 4236 ਯਾਨੀ ਕਿ 2.77 ਕਰੋੜ ਨੈਕਸਟ ਹੈ ਹੂ ਇਜ਼ ਦੀ ਫਰਸਟ ਲੇਡੀ ਚੀਫ ਮਿਨਿਸਟਰ ਆਫ ਪੰਜਾਬ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਹੈ? ਇਸ ਦਾ ਰਾਈਟ ਆਨਸਰ ਹੈ C ਰਜਿੰਦਰ ਕੌਰ ਪਠੱਲ ਨੈਕਸਟ ਹੈ ਹੂ ਵਾਸ ਦੀ ਫਰਸਟ ਗਵਰਨਰ ਆਫ ਪੰਜਾਬ ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ? ਇਸ ਦਾ ਰਾਈਟ ਆਨਸਰ ਹੈ A ਮਿਸਟਰ ਚੰਦੂ ਲਾਲ ਤ੍ਰਿਵੇਦੀ ਨੈਕਸਟ ਹੈ ਹੂ ਇਜ਼ ਦੀ ਫਰਸਟ ਲੇਡੀ ਡਿਪਟੀ ਕਮਿਸ਼ਨਰ ਆਫ ਪੰਜਾਬ ਪੰਜਾਬ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਕੌਣ ਹੈ ਇਸ ਦਾ ਰਾਈਟ ਆਨਸਰ ਹੈ ਬੀ ਮਿਸ ਵਿਨੀ ਮਹਾਜਨ ਨੈਕਸਟ ਹੈ ਵਿਚ ਇਜ਼ ਦੀ ਬਿਗੇਸਟ ਡਿਸਟ੍ਰਿਕਟ ਆਫ ਪੰਜਾਬ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਡੀ ਫਿਰੋਜ਼ਪੁਰ ਨੈਕਸਟ ਹੈ ਵਿਚ ਇਜ਼ ਦੀ ਸਮਾਲੇਸਟ ਡਿਸਟ੍ਰਿਕਟ ਇਨ ਪੰਜਾਬ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਸੀ ਮਲੇਰ ਕੋਟਲਾ ਵੈਨ ਵਾਸ ਦੀ ਪੰਜਾਬ ਐਨੈਕਸੇਸ਼ਨ ਵਿਦ ਦੀ ਬ੍ਰਿਟਿਸ਼ ਰੂਲ ਪੰਜਾਬ ਦਾ ਅੰਗਰੇਜ਼ ਹਕੂਮਤ ਨਾਲ ਮਿਲਾਪ ਕਦੋਂ ਹੋਇਆ ਇਸ ਦਾ ਰਾਈਟ ਆਨਸਰ ਹੈ ਡੀ 1859 ਵਿਚ ਰਿਵਰ ਅਮੰਗ ਦੀ ਫੋਲੋਇੰਗ ਇਜ਼ ਨੋਟ ਅ ਪਾਰਟ ਆਫ ਦੀ ਫਾਈਵ ਰਿਵਰਸ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੰਜ ਦਰਿਆਵਾਂ ਦਾ ਹਿੱਸਾ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਸੀ ਇੰਡਸ ਯਾਨੀ ਕਿ ਸਿੰਧ ਨੈਕਸਟ ਹੈ ਵੈਨ ਵਾਸ ਪੰਜਾਬੀ ਯੂਨੀਵਰਸਿਟੀ ਇਸਟੈਬਲਿਸ਼ਡ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀ ਇਸ ਦਾ ਰਾਈਟ ਆਨਸਰ ਹੈ ਡੀ 1962 ਨੈਕਸਟ ਹੈ ਵੈਨ ਵਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸਟੈਬਲਿਸ਼ਡ ਇਨ ਪੰਜਾਬ ਪੰਜਾਬ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ ਸੀ ਇਸ ਦਾ ਰਾਈਟ ਆਨਸਰ ਹੈ ਏ 1969 ਨੈਕਸਟ ਹੈ ਵਿਚ ਇਜ਼ ਦੀ బిਗੇਸਟ ਗ੍ਰੀਨ ਮਾਰਕੀਟ ਆਫ ਪੰਜਾਬ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ ਇਸ ਦਾ ਰਾਈਟ ਆਨਸਰ ਹੈ ਡੀ ਖੰਨਾ ਨੈਕਸਟ ਹੈ ਵੈਨ ਵਾਸ ਦੀ ਟ੍ਰੀਟੀ ਆਫ ਅੰਮ੍ਰਿਤਸਰ ਹੈਲਡ ਔਨ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ ਇਸ ਦਾ ਰਾਈਟ ਆਨਸਰ ਹੈ ਡੀ 1809 ਅੰਮ੍ਰਿਤਸਰ ਦੀ ਸੰਧੀ 1809 ਵਿੱਚ ਹੋਈ ਸੀ ਨੈਕਸਟ ਹੈ ਵੈਨ ਵਾਸ ਦੀ ਪੰਜਾਬ ਐਂਡ ਪੈਪਸੂ ਮਰਜਡ ਪੰਜਾਬ ਤੇ ਪੈਪਸੂ ਦਾ ਰਲੀਵਾ ਕਦੋਂ ਹੋਇਆ ਇਸ ਦਾ ਰਾਈਟ ਆਨਸਰ ਹੈ ਡੀ 1956 ਨੈਕਸਟ ਹੈ ਅਕੋਰਡਿੰਗ ਟੂ 2001 ਸੈਂਸਸ ਟੋਟਲ ਪੋਪੂਲੇਸ਼ਨ ਆਫ ਪੰਜਾਬ ਵਾਸ 2001 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ ਇਸ ਦਾ ਰਾਈਟ ਆਨਸਰ ਹੈ 2 ਕਰੋੜ 43 ਲੱਖ 58000 999 ਯਾਨੀ ਕਿ ਇਸ ਦਾ ਰਾਈਟ ਆਨਸਰ ਹੈ ਬੀ ਨੈਕਸਟ ਹੈ ਵੇਅਰ ਇਜ਼ ਦੀ ਪੰਜਾਬੀ ਯੂਨੀਵਰਸਿਟੀ ਲੋਕੇਟਿਡ ਪੰਜਾਬੀ ਯੂਨੀਵਰਸਿਟੀ ਕਿੱਥੇ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ ਡੀ ਪਟਿਆਲਾ ਹੂ ਇਜ਼ ਦੀ ਪਾਇਨੀਅਰ ਆਫ ਪੰਜਾਬੀ ਸੂਬਾ ਪੰਜਾਬੀ ਸੂਬੇ ਦਾ ਮੋਢੀ ਕੌਣ ਹੈ ਇਸ ਦਾ ਰਾਈਟ ਆਨਸਰ ਹੈ ਏ ਮਾਸਟਰ ਤਾਰਾ ਸਿੰਘ ਨੈਕਸਟ ਹੈ ਵਿਚ ਸਿਟੀ ਆਫ ਪੰਜਾਬ ਇਜ਼ ਫੇਮਸ ਫੋਰ ਫਰਨੀਚਰ ਗੁੱਡਸ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦੇ ਸਮਾਨ ਲਈ ਮਸ਼ਹੂਰ ਹੈ ਇਸ ਦਾ ਰਾਈਟ ਆਨਸਰ ਹੈ ਸੀ ਕਰਤਾਰਪੁਰ ਨੈਕਸਟ ਹੈ ਹਾਊ many divisions of punjab state ਪੰਜਾਬ ਰਾਜ ਦੀਆਂ ਕਿੰਨੀਆਂ ਡਿਵੀਜ਼ਨਾਂ ਹਨ ਇਸ ਦਾ ਰਾਈਟ ਆਨਸਰ ਹੈ ਈ 5 ਪੰਜਾਬ ਰਾਜ ਦੀਆਂ 5 ਡਿਵੀਜ਼ਨਾਂ ਹਨ ਫਰੀਦਕੋਟ ਫਿਰੋਜ਼ਪੁਰ ਜਲੰਧਰ ਪਟਿਆਲਾ ਰੂਪਨਗਰ ਇਹ ਪੰਜਾਬ ਸਟੇਟ ਦੀਆਂ 5 ਡਿਵੀਜ਼ਨਾਂ ਹਨ ਨੈਕਸਟ ਹੈ ਵੇਅਰ ਇਜ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੋਕੇਟਿਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿੱਥੇ ਸਥਿਤ ਹੈ ਇਸ ਦਾ ਰਾਈਟ ਆਨਸਰ ਹੈ ਸੀ ਲੁਧਿਆਣਾ ਨੈਕਸਟ ਹੈ ਵਾਟ ਇਜ਼ ਦੀ 올ਡ ਨੇਮ ਆਫ ਪੰਜਾਬ ਪੰਜਾਬ ਦਾ ਪੁਰਾਣਾ ਨਾਮ ਕੀ ਹੈ ਇਸ ਦਾ ਰਾਈਟ ਆਨਸਰ ਹੈ ਏ ਸਪਤ ਸਿੰਧੂ ਨੈਕਸਟ ਹੈ ਹੂ ਇਜ਼ ਦੀ ਪ੍ਰੈਜ਼ੈਂਟ ਚੀਫ ਮਿਨਿਸਟਰ ਆਫ ਪੰਜਾਬ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਕੌਣ ਹੈ ਇਸ ਦਾ ਰਾਈਟ ਆਨਸਰ ਹੈ ਸੀ ਭਗਵੰਤ ਮਾਨ ਨੈਕਸਟ ਹੈ ਹੂ ਵਾਸ ਦੀ ਫਰਸਟ ਚੀਫ ਮਿਨਿਸਟਰ ਆਫ ਪੰਜਾਬ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਇਸ ਦਾ ਰਾਈਟ ਆਨਸਰ ਹੈ ਡੀ ਗੋਪੀ ਚੰਦ ਪਾਰਗਵ ਨੈਕਸਟ ਹੈ ਹਾਊ many ਬਾਰਡਰ ਸਟੇਟ ਆਫ ਪੰਜਾਬ ਪੰਜਾਬ ਦੇ ਕਿੰਨੇ ਸਰਹੱਦੀ ਰਾਜ ਹਨ ਇਸ ਦਾ ਰਾਈਟ ਆਨਸਰ ਹੈ ਬੀ 4 ਪੰਜਾਬ ਦੇ 4 ਸਰਹੱਦੀ ਰਾਜ ਹਨ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਜੰਮੂ ਐਂਡ ਕਸ਼ਮੀਰ ਨੈਕਸਟ ਹੈ ਵਿਚ ਇਜ਼ ਦੀ ਫੇਮਸ ਐਂਡ ਬਿਗੇਸਟ 에ਰਪੋਰਟ ਇਨ ਪੰਜਾਬ ਪੰਜਾਬ ਦਾ ਪ੍ਰਸਿੱਧ ਅਤੇ ਸਭ ਤੋਂ ਵੱਡਾ ਹਵਾਈ ਅੱਡਾ ਕਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਏ ਅੰਮ੍ਰਿਤਸਰ ਉਸ 에어ਪੋਰਟ ਦਾ ਨਾਮ ਹੈ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਨੈਕਸਟ ਹੈ ਚੋਜ਼ ਆਰ ਮੇਨਲੀ ਫਾਊਂਡਡ ਇਨ ਵਿਚ ਆਫ ਦੀ ਫੋਲੋਇੰਗ ਡਿਸਟ੍ਰਿਕਟਸ ਕਿ ਜੋ ਮੁੱਖ ਤੌਰ ਤੇ ਹੇਠਾ ਦਿੱਤੇ ਜ਼ਿਲ੍ਹਿਆਂ ਵਿੱਚੋਂ ਕਿੱਥੇ ਪਾਏ ਜਾਂਦੇ ਹਨ ਇਸ ਦਾ ਰਾਈਟ ਆਨਸਰ ਹੈ ਏ ਹੁਸ਼ਿਆਰਪੁਰ ਨੈਕਸਟ ਹੈ When was Malir Kotla district formed? Ki Malir Kotla jila kado baneya? Is the right answer hai C 2021. Next hai which of the following rivers also known as river of Lahore? Heṭha likhiyan nadiyan vichon kīḍī nadi nu Lahore di nadi vi kiyā jāndā hai? Is the right answer hai A Ravi. Next hai Punjab is rich in? Punjab kis cheez ch ameer hai? Is the right answer hai C the rock salt. Next hai ਵਟ ਇਜ਼ ਦੀ ਸ਼ੇਪ ਆਫ ਦੀ ਪੰਜਾਬ ਸਟੇਟ ਪੰਜਾਬ ਰਾਜ ਦੀ ਸ਼ਕਲ ਕੀ ਹੈ ਇਸ ਦਾ ਰਾਈਟ ਆਨਸਰ ਹੈ ਏ ਟ੍ਰਾਇੰਗੂਲਰ ਨੈਕਸਟ ਹੈ ਦੀ ਲੈਂਡ ਆਫ ਫਾਈਵ ਰਿਵਰਸ ਪੰਜਾਬ ਵਾਸ ਨੇਮਡ ਇਨ ਪੁਰਾਨਸ ਐਜ਼ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਨਾਮ ਪੁਰਾਣਾ ਵਿੱਚ ਇਸ ਤਰ੍ਹਾਂ ਰੱਖਿਆ ਗਿਆ ਹੈ ਇਸ ਦਾ ਰਾਈਟ ਆਨਸਰ ਹੈ ਸੀ ਦੇਵ ਭੂਮੀ ਨੈਕਸਟ ਹੈ ਵਿਚ ਆਫ ਦੀ ਫਾਲੋਇੰਗ ਸਟੇਟ ਨੋਨ ਐਜ਼ ਵੀਟ ਬਾਸਕਟ ਆਫ ਇੰਡੀਆ ਔਰ ਬ੍ਰੈਡ ਬਾਸਕਟ ਆਫ ਇੰਡੀਆ ਹੇਠਾਂ ਲਿਖੇ ਵਿੱਚੋਂ ਕਿਹੜਾ ਰਾਜ ਭਾਰਤ ਦੀ ਕਣਕ ਦੀ ਟੋਕਰੀ ਜਾਂ ਭਾਰਤ ਦੀ ਰੋਟੀ ਦੀ ਟੋਕਰੀ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਡੀ ਪੰਜਾਬ ਨੈਕਸਟ ਹੈ ਹਾਊ ਮੈਨੀ ਤਹਿਸੀਲਸ ਆਰ देयर ਇਨ ਪੰਜਾਬ ਪੰਜਾਬ ਵਿੱਚ ਕਿੰਨੀਆਂ ਤਹਿਸੀਲਾਂ ਹਨ ਇਸ ਦਾ ਰਾਈਟ ਆਨਸਰ ਹੈ ਸੀ 97 ਪੰਜਾਬ ਵਿੱਚ 97 ਤਹਿਸੀਲਾਂ ਹਨ ਨੈਕਸਟ ਹੈ ਹਾਊ ਮੈਨੀ ਸਬ ਤਹਿਸੀਲਸ ਆਰ देयर ਇਨ ਪੰਜਾਬ ਪੰਜਾਬ ਵਿੱਚ ਕਿੰਨੀਆਂ ਉਪ ਤਹਿਸੀਲਾਂ ਹਨ ਇਸ ਦਾ ਰਾਈਟ ਆਨਸਰ ਹੈ ਡੀ 81 ਨੈਕਸਟ ਹੈ தி ਕੈਪੀਟਲ ਆਫ ਪੰਜਾਬ ਈਸਟ ਪੰਜਾਬ ਸਟੇਟਸ ਯੂਨੀਅਨ ਪੈਪਸੋ ਵਾਸ ਐਟ ਪੰਜਾਬ ਈਸਟ ਪੰਜਾਬ ਸਟੇਟਸ ਯੂਨੀਅਨ ਯਾਨੀ ਕਿ ਪੈਪਸੋ ਦੀ ਰਾਜਧਾਨੀ ਕਿੱਥੇ ਸੀ ਇਸ ਦਾ ਰਾਈਟ ਆਨਸਰ ਹੈ ਡੀ ਪਟਿਆਲਾ ਸੋ ਏ ਸੀ ਪੰਜਾਬ ਜੀਓਗ੍ਰਾਫੀ ਦੇ ਇੰਪੋਰਟੈਂਟ ਐਮਸੀਕਿਊਜ਼ ਇਸ ਦੇ ਬਾਕੀ ਐਮਸੀਕਿਊਜ਼ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ ਇਸ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ